ਪੰਜਾਬ ਦੇ ਵਿੱਚ ਲਗਾਤਾਰ ਮਾਹੌਲ ਖਰਾਬ ਹੋਣ ਵਾਲੇ ਆਸਾਰ ਨਜ਼ਰ ਆ ਰਹੇ ਨੇ। ਤੁਸੀਂ ਦੇਖ ਲਵੋ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਫਿਲਹਾਲ ਤਾਂ ਗੱਲ ਕਰ ਲਈ ਸਭ ਤੋਂ ਪਹਿਲਾਂ ਕਿ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਹੋ ਰਿਹਾ। ਗੋਲੀਆਂ ਚੱਲਦੀਆਂ ਨੇ, ਲੁੱਟ ਖੋ ਕਰਨ ਵਾਲੇ ਲੁਟੇਰੇ ਅੰਨੇ ਵਾਹ ਗੋਲੀਆਂ ਚਲਾ ਦਿੰਦੇ ਨੇ, ਕਿਸੇ ਦੇ ਘਰ ਦੇ ਵਿੱਚ ਜਾ ਕੇ ਫਾਇਰਿੰਗ ਕਰ ਦਿੰਦੇ ਨੇ, ਰਾਹ ਦੇ ਵਿੱਚ ਜਾ ਰਹੇ ਲੋਕਾਂ ਦੇ ਨਾਲ ਸਨੈਚਿੰਗ ਕਰਦੇ ਨੇ, ਕਿਸੇ ਦਾ ਪਰਸ ਖੋਇਆ, ਕਿਸੇ ਦੀ ਚੇਨੀ ਖੋਈ, ਜਾਂ ਫਿਰ ਅਜਿਹੇ ਲੋਕ ਜੋ ਘਰ ਨੂੰ ਨਿਸ਼ਾਨਾ ਬਣਾਉਂਦੇ ਨੇ, ਦੁਕਾਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ, ਸ਼ਰੇਆਮ ਗੁੰਡਾਗਰਦੀ ਕਰਕੇ ਗੱਡੀ ਦੇ ਵਿੱਚ ਵੈਨ ਲੈ ਕੇ ਇੱਥੇ ਤੱਕ ਜਾਂਦੇ ਨੇ, ਹਥਿਆਰ ਸਮੇਤ ਜਾਂਦੇ ਨੇ, ਸ਼ੋਰੂਮਾਂ ਦੇ ਵਿੱਚ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਅਜਿਹੀਆਂ ਵਾਰਦਾਤਾਂ ਤੋਂ ਪੰਜਾਬ ਦਾ ਮਾਹੌਲ ਜਿਹੜਾ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ। ਇਸ ਵੇਲੇ ਜਿਹੜੀ ਤਸਵੀਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ, ਬੇਹੱਦ ਸ਼ਰਮਨਾਕ ਗੱਲ ਹੈ ਕਿ ਪੰਜਾਬ ਨੂੰ ਖਰਾਬ ਕਰਦੀਆਂ ਨੇ ਇਹ ਹਰਕਤਾਂ। ਦੱਸ ਦਈਏ ਅਜਿਹੀ ਤਸਵੀਰ ਜੋ ਤੁਹਾਨੂੰ ਦਿਖਾਉਣ ਜਾ ਰਹੀ ਹੈ, ਜਿਹੜੀ ਖਬਰ ਜਿਹੜੀ ਹੈ ਇਹ ਬਟਾਲਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਖਬਰ ਤੁਸੀਂ ਦੇਖੋ ਕਿ ਐਵੇਂ ਤਾਂ ਹੁਣ ਕੁਛ ਵੀ ਨਹੀਂ ਬਚੀ ਹੈ ਕਿ ਇੱਕ ਪਰਿਵਾਰ ਆਪਣਾ ਘਰ ਛੱਡ ਕੇ ਕਿਤੇ ਵੀ ਨਹੀਂ ਜਾ ਸਕਦਾ। ਲੋਕਾਂ ਦੇ ਵਿੱਚ ਡਰ ਸਹਿਮ ਦਾ ਇਸ ਤਰੀਕੇ ਨਾਲ ਮਾਹੌਲ ਬਣਦਾ ਪਿਆ, ਤੋ ਕਿਤੇ ਵੀ ਜਾਵੇਗਾ ਤਾਂ ਤੌਬਾ ਤੌਬਾ ਹੀ ਕਰਦਾ ਜਾਵੇਗਾ, ਆਪਣੇ ਕੰਨਾਂ ਨੂੰ ਹੱਥ ਲਾਵੇਗਾ ਕਿ ਆਪਣਾ ਘਰ ਛੱਡ ਕੇ ਕਿਤੇ ਵੀ ਨਹੀਂ ਜਾ ਸਕਦਾ। ਇਹ ਪਰਿਵਾਰ ਜਿਹਨੇ ਪੂਰਾ ਜੀ ਤੋੜ ਕੇ ਮਿਹਨਤ ਕਰਕੇ ਪਾਈ ਪਾਈ ਇਕੱਠੀ ਕਰਕੇ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਦੇ ਲਈ, ਆਪਣੇ ਆਪ ਨੂੰ ਸੰਭਾਲ ਕੇ ਮਿਹਨਤ ਕਰਕੇ ਪੈਸਾ ਇਕੱਠਾ ਕੀਤਾ, ਸੋਨਾ ਬਣਾਇਆ, ਦਾਜ ਇਕੱਠਾ ਕੀਤਾ, ਆਪਣੇ ਪੁੱਤਾਂ ਦੇ ਲਈ, ਆਪਣੀ ਧੀਆਂ ਦੇ ਵਿਆਹ ਦੇ ਲਈ, ਉਹਨਾਂ ਦੇ ਭਵਿੱਖ ਦੇ ਲਈ ਪਾਈ ਪਾਈ ਜੋੜੀਏ ਕਿ ਉਸਦਾ ਵਿਆਹ ਕਰਾਂਗੇ, ਉਹਨਾਂ ਦਾ ਭਵਿੱਖ ਬਣਾਵਾਂਗੇ। ਪਰ ਕੀ ਅਜਿਹੇ ਪਰਿਵਾਰ ਨੂੰ ਇਹ ਨਹੀਂ ਪਤਾ ਸੀ ਕਿ ਇਸ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਜੇ ਕਿਤੇ ਉਹ ਆਪਣੇ ਘਰ ਨੂੰ ਛੱਡ ਕੇ ਕਿਤੇ ਦੂਰ ਘੁੰਮਣ ਫਿਰਨ ਦੇ ਲਈ ਜਾਂਦੇ ਨੇ ਜਾਂ ਫਿਰ ਕਿਸੇ ਧਾਰਮਿਕ ਸਥਲ ਤੇ ਵੀ ਜਾਣਗੇ ਤਾਂ ਪਿੱਛੋਂ ਉਹਨਾਂ ਦੇ ਘਰ ਦੇ ਵਿੱਚ ਅਜਿਹਾ ਡਾਕਾ ਮਾਰ ਲਿਆ ਜਾਵੇਗਾ। ਇਹ ਪਰਿਵਾਰ ਜੋ ਕਿ ਇੱਕ ਧਾਰਮਿਕ ਸਥਾਨ ਵੈਸ਼ਨੋ ਦੇਵੀ ਦੀ ਗੱਲ ਦੱਸੀ ਜਾ ਰਹੀ ਹੈ ਕਿ ਮੱਥਾ ਟੇਕਣ ਗਏ ਸੀਗੇ ਤੇ ਪਿੱਛੋਂ ਚੋਰਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਖੁੱਲਿਆਂ ਹੱਥ ਸਾਫ਼ ਕੀਤਾ ਜਾਂਦਾ, ਇੱਕ ਇੱਕ ਚੀਜ਼ ਜਿਹੜੀ ਹੈ ਉਹ ਚੋਰੀ ਕਰ ਲਿੱਤੀ ਜਾਂਦੀ ਹੈ। ਜਿੰਨਾ ਵੀ ਸੋਨਾ ਚਾਂਦੀ ਪੈਸਾ ਇਕੱਠਾ ਕਰਕੇ ਰੱਖਿਆ ਗਿਆ ਸੀਗਾ, ਦਾਜ ਬਣਾਇਆ ਗਿਆ ਸੀਗਾ। ਜਾਣਕਾਰੀ ਮੁਤਾਬਕ ਦੱਸ ਦਈਏ ਇਸ ਪਰਿਵਾਰ ਨੇ ਆਪਣੇ ਬੱਚੀਆਂ ਦੇ ਵਿਆਹ ਦੇ ਲਈ ਦਾਜ ਇਕੱਠਾ ਕੀਤਾ ਸੀ, ਸੋਨਾ ਜੋੜ ਕੇ ਬਣਾਇਆ ਸੀਗਾ, ਪੈਸੇ ਇਕੱਠੇ ਕਰਕੇ ਰੱਖੇ ਸੀ ਤੇ ਚੋਰਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦੇ ਕੇ ਉਸ ਪਰਿਵਾਰ ਨੂੰ ਕੰਗਾਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਿਵਾਰ ਸਦਮੇ ਦੇ ਵਿੱਚ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਪਰਿਵਾਰ ਦਾ ਜੋ ਨੁਕਸਾਨ ਹੋਇਆ ਉਸਦੀ ਭਰਪਾਈ ਕੌਣ ਕਰੇਗਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਸੂਚਨਾ ਦਿੱਤੀ ਗਈ ਹੈ, ਲੇਕਿਨ ਪੁਲਿਸ ਕੀ ਹੋਏਗਾ ਕਿ ਜਾਂਚ ਪੜਤਾਲ ਕਰਨ ਤੋਂ ਬਾਅਦ ਉਹਨਾਂ ਮੁਲਜ਼ਮਾਂ ਨੂੰ ਕਾਬੂ ਕਰੇਗੀ, ਗ੍ਰਿਫਤਾਰ ਕਰੇਗੀ ਦੋਸ਼ੀਆਂ ਨੂੰ, ਆਰੋਪੀਆਂ ਜਿਹੜੇ ਨੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੇਗੀ, ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਪਰ ਇਸ ਪਰਿਵਾਰ ਦੀ ਜਿਹੜੀ ਕਮਾਈ ਸੀ ਉਸਦੀ ਭਰਪਾਈ ਕੌਣ ਕਰੇਗਾ, ਜਿਹੜਾ ਨੁਕਸਾਨ ਹੋਇਆ ਉਸਦੀ ਭਰਪਾਈ ਕੌਣ ਕਰੇਗਾ। ਜਦੋਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਤੇ ਪਰਿਵਾਰ ਵਾਲੇ ਨੇ ਆਪਣੇ ਵਿਚਾਰ ਸਾਂਝੇ ਕੀਤੇ ਨੇ, ਲੇਕਿਨ ਪਰਿਵਾਰ ਦੀਆਂ ਗੱਲਾਂ ਸੁਣਾਉਣ ਤੋਂ ਪਹਿਲਾਂ ਇੱਕ ਵਾਰ ਤੁਹਾਨੂੰ ਇੱਕ ਅਜਿਹੀ ਗੱਲ ਦੱਸਦੇ ਕਿ ਇਹਨਾਂ ਚੋਰਾਂ ਦੇ ਵੱਲੋਂ ਇੰਨੀ ਬੇਸ਼ਰਮੀ ਵਰਤੀ ਗਈ ਹੈ ਕਿ ਛੋਟੇ ਛੋਟੇ ਬੱਚਿਆਂ ਦੀ ਜਿਹੜੀ ਗੋਲਕ ਸੀਗੀ ਉਸਦੇ ਵਿੱਚੋਂ ਵੀ ਪੈਸੇ ਕੱਢ ਕੇ ਲੈ ਗਏ। ਤੇ ਗੱਲ ਕਰਦੇ ਹਾਂ ਹੁਣ ਪਰਿਵਾਰ ਦੇ ਨਾਲ ਕਿ ਆਖਿਰ ਪਰਿਵਾਰ ਦੇ ਵੱਲੋਂ ਕੀ ਕੁੱਝ ਕਿਹਾ ਗਿਆ ਕਿ ਕਦੋਂ ਇਹਨਾਂ ਦੇ ਘਰ ਚੋਰੀ ਹੋਈ, ਕਦੋਂ ਇਹ ਬਾਹਰ ਗਏ ਸੀਗੇ, ਕਿਸ ਤਰ੍ਹਾਂ ਇਹਨਾਂ ਨੂੰ ਪਤਾ ਲੱਗਿਆ ਇਹ ਵਾਪਸ ਆਉਂਦੇ ਨੇ ਮੱਥਾ ਟੇਕਣ ਤੋਂ ਬਾਅਦ ਘਰ ਤਾਂ ਇਸ ਤਰ੍ਹਾਂ ਖੁੱਲਿਆ ਬਿਖਰਿਆ ਦੇਖਦੇ ਨੇ ਤਾਂ ਪਰਿਵਾਰ ਦੇ ਹੋਸ਼ ਉੱਡ ਜਾਂਦੇ ਨੇ। ਭਾਜੀ ਆਪਾਂ ਨਾ ਸ਼ਨੀਵਾਰ ਹਨੇਰੇ ਗਏ ਇੱਥੋਂ 6:30 ਵਜੇ ਵੈਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਅਸੀਂ ਘਰ ਪਹੁੰਚੇ ਹਾਂ। ਘਰ ਦਾ ਜਿਹੜਾ ਮੇਨ ਸੀ ਗੇਟ ਜਿਹੜਾ ਸੀਗਾ ਉਹ ਤੇ ਬੰਦ ਵਾ, ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ, ਉਹਦੇ ਵਿੱਚੋਂ ਕਿਸੇ ਨੇ ਆ ਕੇ ਤੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ, ਸਾਡਾ ਸੋਨਾ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਰਾ ਸਮਾਨ ਸੀ ਸਾਰਾ ਕੁਛ ਲੈ ਗਏ ਜੀ।
ਤੁਹਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦੇ ਬਾਰੇ, ਕਿੰਨਾ ਨੁਕਸਾਨ ਹੋਇਆ? ਤੇ ਇਹਦੀ ਲਿਸਟ ਆਪਾਂ ਬਣਾਈ ਆ, ਲਗਭਗ ਕੋਈ ਨੁਕਸਾਨ ਹੋਣਾ ਵਾ ਜਿਹੜਾ ਹੋਇਆ ਵਾ, ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ, ਤੇ ਸਾਡਾ 2 ਬੇਟੀਆਂ ਸੀ ਉਹਨਾਂ ਦਾ ਵੀ ਬਣਾਇਆ ਸੀਗਾ, ਤੇ ਸਾਡੇ ਵਿਆਹ ਦਾ ਵੀ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜਿਹਾ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਹੈਗਾ, ਕੈਸ਼ 4.5 ਲੱਖ ਸੀ ਜੀ। ਇਲੈਕਸ਼ਨ ਦੇ ਵੀ ਗਏ ਸੀ ਆਪਾਂ, ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਹੈ ਅਸਲ ਸਾਰਾ ਕੁਝ, ਕੁਝ ਸਮਝ ਨਹੀਂ ਲੱਗਦੀ ਬਈ। ਕਿਹੜਾ ਮੁਹੱਲਾ ਪੈਂਦਾ ਹੈ? ਬਜਾਜਾਂ ਗਲੀ ਪਾਂਧਿਆਂ ਚੌਂਕ ਬਟਾਲਾ, ਇਹ ਥੱਲਿਓ ਤੇ ਸਾਡਾ ਜਿਹੜਾ ਮੇਨ ਵੀ ਬੂਹਾ ਹੈਗਾ ਉੱਥੋਂ ਤੇ ਆਏ ਨਹੀਂ ਗਏ ਜੀ, ਉੱਪਰਲਾ ਬੂਹਾ ਟੁੱਟਿਆ ਇਹਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਏ ਆ। ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਅਜੇ ਤੱਕ, ਕੰਪਲੇਂਟ ਪੁਲਿਸ ਵਾਲਿਆਂ ਨੂੰ ਕੀਤੀ ਸੀਗੀ ਤੇ ਉਹ ਆ ਕੇ ਤੇ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ। ਕਿਹੜਾ ਥਾਣਾ ਪੈਂਦਾ? ਸਿਟੀ ਥਾਣਾ। ਚੋਰੀ ਹੋ ਗਈ ਸਾਡੇ ਘਰ ਦੇ ਵਿੱਚ, ਸਭ ਕੁਝ ਚੁੱਕ ਕੇ ਲੈ ਗਏ ਨੇ, ਕੀ ਕੀ ਗਿਆ? ਸੋਨੇ ਦੀ ਸੋਨਾ ਵੀ ਸਾਰਾ ਲੈ ਗਏ, ਚਾਂਦੀ ਵੀ ਲੈ ਗਏ, ਕੈਸ਼ ਵੀ ਲੈ ਗਏ ਸਾਰਾ, ਈਵਨ ਕਿ ਬੱਚਿਆਂ ਦੇ ਬੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ। ਕਿੰਨਾ ਨੁਕਸਾਨ? ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ। ਕਿੱਥੇ ਗਏ? ਅਸੀਂ ਵੈਸ਼ਨੋ ਦੇਵੀ ਗਏ ਸੀ ਆ ਕੇ, ਅਸੀਂ 7:30 ਵਜੇ ਜਦੋਂ ਸੋਮਵਾਰ ਘਰ ਆਏ ਤੇ ਸਾਨੂੰ ਪਤਾ ਲੱਗਾ ਸਭ ਕੁਛ ਖਿਲ ਰਿਹਾ ਹੋਇਆ। ਕੈਸ਼ ਕਿੰਨਾ? ਕੈਸ਼ 4.5-5 ਲੱਖ ਸੀ। ਬਾਕੀ ਗਏ? ਹਾਂਜੀ ਹਾਂਜੀ ਕੀਤੀ ਹੈ ਸਰ। ਮੇਰੀ ਇਹ ਵਾਰਡ ਦੇ ਵਿੱਚ ਘਰ ਪੈਂਦਾ, ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਗਈ, ਮਤਲਬ ਕਿ 2 ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਫ ਨਹੀਂ ਹੈਗਾ, ਕੋਈ ਘਰਾਂ ਤੋਂ ਕੋਈ ਰਸਤਾ ਨਹੀਂ, ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ। ਸਾਨੂੰ ਇਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ, ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਦਾ ਵਾ, ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ, ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ, ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ, ਉਹ ਸਾਰਾ ਕੁਝ ਹੀ ਲੁੱਟ ਖੋ ਹੋ ਗਈ ਵਿਚਾਰਿਆਂ ਦਾ, ਬਹੁਤ ਬੁਰਾ ਹਾਲ ਆ। ਮੈਂ ਤੇ ਤੁਹਾਡੇ ਮਾਧਿਅਮ ਤੋਂ ਵੀ SSP ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ, ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕਹੀਏ ਨਾ, ਸਾਡੇ ਮਹੱਲੇ ਮੇਰਾ ਨਾਲ ਦਾ ਘਰ ਆ ਬਿਲਕੁਲ ਇਹਨਾਂ ਦੇ, ਸਾਨੂੰ ਵੀ ਨਹੀਂ ਪਤਾ ਕਿ ਗਏ ਦੇ, ਜੇ ਕਹੀਏ ਕਿ ਲੈ ਵੀ ਕਿ ਰੋਲਾ ਪਿਆ ਦਾ ਕੁਛ ਪੁੱਛਾ ਉਹ ਵੀ ਨਹੀਂ ਹੈ। ਕਿੰਨੇ ਵਜੇ ਵਾਰ ਦਾ ਪਤਾ ਲੱਗਾ? ਸਰ ਹੁਣ ਦੇਖ ਰਹੇ ਹਾਂ ਕਿਉਂਕਿ 2 ਦਿਨ ਦਾ ਗੈਪ ਆ, ਹੁਣ ਕੋਈ ਲਾਗੇ ਛਾਗੇ ਅਗਰ ਕੋਈ CCTV ਚ ਕੋਈ ਅਨਐਕਸਪੈਕਟਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ।